ਫਿਰੋਜ਼ਪੁਰ ਦੇ ਪੁਰਾਣਾ ਬਾਜ਼ਾਰ ਵਿੱਚ ਇੱਕ ਖਾਲੀ ਪਲਾਂਟ ਜਿਸ ਵਿੱਚ ਪਏ ਕੂੜੇ ਦੇ ਢੇਰਾਂ ਨੂੰ ਅੱਗ ਲੱਗ ਗਈ। ਨਜ਼ਦੀਕ ਹੀ ਕੁਝ ਦੁਕਾਨਾਂ ਸਨ ਪਰ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ, ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਫਾਇਰ ਬ੍ਰਿਗੇਡ ਕਰਮਚਾਰੀ ਵਿਜੇ ਸਹਿਗਲ ਨੇ ਦੱਸਿਆ ਕਿ ਪੁਰਾਣਾ ਬਾਜ਼ਾਰ ਵਿੱਚ ਇੱਕ ਖਾਲੀ ਪਲਾਂਟ ਜਿੱਥੇ ਪਏ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ। ਨੇੜੇ ਹੀ ਦੁਕਾਨਾਂ ਸਨ ਤੇ ਅੱਗ ਦੇ ਫੈਲਣ ਦਾ ਖਤਰਾ ਸੀ। ਬਾਜ਼ਾਰ ਦੀਆਂ ਗਲੀਆਂ ਬਹੁਤ ਪੀੜੀਆਂ ਸਨ ਤੇ ਬਿਜਲੀ ਦੀਆਂ ਤਾਰਾਂ ਵੀ ਬਹੁਤ ਨੀਵੀਆਂ ਸਨ, ਇਸ ਕਰਕੇ ਵੱਡੀ ਗੱਡੀ ਮੌਕੇ ਤੇ ਲਿਜਾਣਾ ਮੁਮਕਿਨ ਨਹੀਂ ਸੀ। ਅਸੀਂ ਛੋਟੀ ਗੱਡੀ ਦੇ ਨਾਲ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਇਸ ਲਈ ਦੁਕਾਨਦਾਰਾਂ ਨੂੰ ਦੁਕਾਨ ਤੋਂ ਬਾਹਰ ਸਮਾਨ ਨਹੀਂ ਲਾਉਣਾ ਚਾਹੀਦਾ ਤੇ ਬਿਜਲੀ ਦੀਆਂ ਤਾਰਾਂ ਨੂੰ ਵੀ ਉੱਪਰ ਕੀਤਾ ਜਾਣਾ ਚਾਹੀਦਾ ਤਾਂ ਜੋ ਫਾਇਰ ਬ੍ਰਿਗੇਡ ਨੂੰ ਗੱਡੀ ਲਿਆਉਣ ਵਿੱਚ ਕੋਈ ਦਿੱਕਤ ਨਾ ਹੋਵੇ। ਆਇਓ ਕਿ ਅੱਗ ਤੇ ਬੁੱਝ ਗਈ ਹੈਗੀ ਹੈ ਤੇ ਸਾਨੂੰ 8 ਵਜੇ ਫਾਇਰ ਕਾਲ ਦੀ ਕਾਲ ਆਈ ਸੀ ਜੀ ਕਿ ਪੁਰਾਣਾ ਬਾਜ਼ਾਰ ਵਿੱਚ ਅੱਗ ਲੱਗੀ ਹੈ। ਇੱਕ ਖਾਲੀ ਪਲਾਟ ਜਿਹਾ ਸੀ, ਦੁਕਾਨ ਸੀ, ਉਹਦੇ 'ਚ ਲੋਕਾਂ ਨੇ ਜਿਹੜਾ ਕੂੜਾ ਮਾੜਾ ਸੁੱਟ ਸੁੱਟ ਗਿਆ ਸੀ, ਉਹਨੂੰ ਅੱਗ ਲੱਗੀ। ਉਹਦੇ ਨਾਲ ਦੁਕਾਨ ਜਿਹੜੀ ਨਾਲ ਦੀ ਦੁਕਾਨਾਂ ਉਹਨੂੰ ਬੜਾ ਖਤਰਾ ਸੀਗਾ ਜੀ। ਅਸੀਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪੂਰਾ ਕੰਟਰੋਲ ਕਰ ਲਿਆ ਜੀ। ਅਤੇ ਜੇ ਅੱਗ ਜੇ ਵੱਧ ਜਾਂਦੀ ਤਾਂ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀਗਾ? ਨਾਲ ਦੀ ਦੁਕਾਨਾਂ ਨੂੰ ਵੀ ਅੱਗ ਪੈ ਸਕਦੀ ਸੀ ਜੀ, ਕਿਉਂਕਿ ਬੜਾ ਭੀੜ ਹੈ ਜਿਹੜੀ ਬਾਜ਼ਾਰ, ਜਿਹੜਾ ਬਹੁਤ ਭੀੜ ਹੈ। ਇੱਕ ਬਾਜ਼ਾਰ ਦੇ ਵਿੱਚ ਲੋਕਾਂ ਨੇ ਜਿਹੜੀਆਂ ਕਨਾਤਾਂ ਜਿਹੜੀਆਂ ਬਹੁਤ ਨੀਵੇਂ ਨੀਵੇਂ ਲਾਈਆਂ ਦੁਕਾਨਦਾਰਾਂ ਨੇ, ਇੱਕ ਤਾਰਾਂ ਬਹੁਤ ਨੀਵੀਆਂ, ਇਹਦੇ ਨਾਲ ਵੱਡੀ ਗੱਡੀ ਜਿਹੜੀ ਨਹੀਂ ਆ ਸਕਦੀ। ਕੱਲ੍ਹ ਨੂੰ ਰੱਬ ਨਾ ਕਰੇ ਕੋਈ ਅਣਸੁਆਮੀ ਘਟਨਾ ਵਾਪਰ ਜਾਂਦੀ ਹੈ ਤਾਂ ਸਾਡੀ ਜਿਹੜੀ ਵੱਡੀ ਗੱਡੀ ਹੈ ਜਿਹੜਾ ਆਉਣਾ ਜਿਹੜਾ ਹੁੰਦੇ ਬੜਾ ਮੁਸ਼ਕਿਲ ਹੈ, ਅੱਗ ਜਿਹੜੀ ਇਹ ਕੰਟਰੋਲ ਹੋਣੀ ਬੜੀ ਮੁਸ਼ਕਿਲ ਹੋ ਸਕਦੀ ਹੈ। ਅਤੇ ਅੱਜ ਵੀ ਕਾਫੀ ਦਿੱਕਤ ਆਈ ਹੈ ਗੱਡੀਆਂ ਲੱਗੇ ਆਈ ਹੈ ਵੀ ਸਾਨੂੰ ਵੱਡੀ ਗੱਡੀ ਜਿਹੜੀ ਹੈ ਸਾਡੀ ਬਿਲਕੁਲ ਬਾਜ਼ਾਰ ਵਿੱਚ ਨਹੀਂ ਵੜ ਸਕੀ, ਇਸੇ ਕਾਰਨ ਕਰਕੇ ਫਿਰ ਸਾਨੂੰ ਨਿੱਕੀ ਗੱਡੀ ਨਾਲ ਜਿਹੜੀ ਕੰਟਰੋਲ ਕਰਨਾ ਪਿਆ। ਕੱਲ੍ਹ ਨੂੰ ਦੀਵਾਲੀ ਦਾ ਵੀ ਤਿਉਹਾਰ ਆਉਣ ਵਾਲਾ, ਤੁਸੀਂ ਮੰਨਦੇ ਹੈਗੇ ਹੋ ਕਿ ਲੋਕਾਂ ਨੂੰ ਇਹ ਚੀਜ਼ ਚਾਹੀਦੀ ਹੈਗੀ ਆ, ਬਿਜਲੀ ਬੋਰਡ ਨੂੰ ਚਾਹੀਦਾ ਹੈਗਾ ਕਿ ਤਾਰਾਂ ਨੂੰ ਉੱਪਰ ਕਰਨਾ ਚਾਹੀਦਾ? ਬਿਲਕੁਲ ਜੀ ਬਿਲਕੁਲ, ਇਹ ਚੀਜ਼ਾਂ ਇਹ ਬਹੁਤ ਜ਼ਰੂਰੀ ਨੇ ਜੀ, ਜੇ ਸਾਡੇ ਕੋਲ ਰਸਤਾ ਹੀ ਨਾ ਹੋਏਗਾ ਟੱਪਣ ਵਾਸਤੇ ਗੱਡੀ ਕਿਵੇਂ ਆਵਾਂਗੇ? ਅੱਗ ਬੁੱਝ ਗਈ ਹੈ ਜੀ ਹੁਣ? ਹਾਂਜੀ, ਅੱਗ ਦੇ ਕੰਟਰੋਲ ਕਰ ਲਿਆ। ਨਿਊਜ਼ ਡੈਸਕ ਤੋਂ ਦੀਕਸ਼ਾ ਦੇ ਨਾਲ ਬਿਊਰੋ ਰਿਪੋਰਟ, ਵੌਇਸ ਆਫ ਪੰਜਾਬ, ਫਿਰੋਜ਼ਪੁਰ।